दैनिक सवेरा अंधेरे से उजाले की ओर। सर्दियों के मौसम के कारण पड़ने वाली धुंध को मद्देनजर रखते हुए ट्रैफिक पुलिस की ओर से वाहनों पर रिफ्लेक्टर स्टिकर लगाने का अभियान चलाया गया, जिसमें एडीसीपी ट्रैफिक बलजीत सिंह ढिल्लों ने नन्हे मुन्ने बच्चों को साथ लेकर शहर के चार मेन चौकों पर आने जाने वाले वाहनों पर स्टिकर लगाए। इस मौके पर ट्रैफिक पुलिस के अन्य स्टाफ सदस्य भी मौजूद थे। ਜਿਹੜੀ ਇਹ ਮੁਹਿੰਮ ਚਲਾਈ ਆ, ਇਸ ਦੇ ਵਿੱਚ ਅਸੀਂ ਚਾਰ ਸਾਡੇ ਜਿਹੜੇ ਸ਼ਹਿਰ ਦੇ ਨੇ ਮੇਨ ਚੌਂਕ ਜਿਹੜੇ ਨੇ ਉਹ ਡਿਸਾਈਡ ਕੀਤੇ ਨੇ, ਜਿੱਥੋਂ ਟਰੈਕਟਰ ਟਰਾਲੀ ਹੈਵੀ ਵਹੀਕਲਸ ਆਟੋ ਜਿਨ੍ਹਾਂ ਦੀ ਭਰਮਾਰ ਜਿਹੜੀ ਆ ਬਹੁਤ ਜ਼ਿਆਦਾ ਆ, ਉਹ ਅਸੀਂ ਉਹਨਾਂ ਦੇ ਉੱਤੇ ਰਿਫਲੈਕਟਰ ਜਿਹੜੇ ਆ ਉਹ ਅਸੀਂ ਅੱਜ ਦਾ ਟਾਰਗੇਟ ਸਾਡਾ 500 ਤੋਂ ਵੱਧ ਜਿਹੜੇ ਰਿਫਲੈਕਟਰ ਜਿਹੜੇ ਆ ਉਹ ਅਸੀਂ ਲਵਾ ਰਹੇ ਹਾਂ, ਕਿਉਂਕਿ ਜਿਹੜਾ ਹੁਣ ਮੌਸਮ ਆ ਰਿਹਾ ਉਹਦੇ ਵਿੱਚ ਕਾਫੀ ਧੁੰਦ ਪੈ ਰਹੀ ਆ, ਤਾਂ ਐਕਸੀਡੈਂਟ ਜਿਹੜੇ ਆ ਇਹਨਾਂ 2-3 ਮਹੀਨਿਆਂ ਦੇ ਵਿੱਚ ਕਾਫੀ ਹੁੰਦੇ ਨੇ, ਤਾਂ ਉਸ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜਾ ਸ਼ੁਰੂ ਕੀਤਾ ਆ। ਔਰ ਸਾਡਾ ਅਸੀਂ 10 ਦਿਨ ਦੇ ਅੰਦਰ ਅੰਦਰ 5,000 ਤੋਂ ਲੈ ਕੇ 10,000 ਜਿਹੜਾ ਆ ਰਿਫਲੈਕਟਰ ਲਾਉਣ ਦਾ ਜਿਹੜਾ ਟਾਰਗੇਟ ਆ ਪੂਰਾ ਕਰਨਾ।